ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕਿਮਿਆ ਜੀ ਆਸੇ ਸਭ ਵਧੀਆ ਹੋਵੋਗੇ ਜੀ ਪੰਜਾਬ ਦੇ ਵਿੱਚ MG SIPA ਵਿੱਚ ਨਵੇਂ ਅਡ ਕ੍ਰੋਮੇਟਾ ਆਊਟ ਕਰ ਦਿੱਤੇ ਗਏ ਹਨ ਜੀ ਬਹੁਤ ਹੀ ਵਧੀਆ ਮੌਕਾ ਹੈ ਜਿਹੜਾ +2 ਦਸਮੀ ਅਤੇ ਗ੍ਰੈਜੂਏਸ਼ਨ ਕੈਂਡੀਡੇਟਾਂ ਵਾਸਤੇ ਰਹਿਣ ਵਾਲਾ ਹੈ ਜੀ ਕਿਵੇਂ ਤੁਸੀਂ ਫਾਰਮ ਨੂੰ ਅਪਲਾਈ ਕਰਨਾ ਹੈ ਜੀ ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉੱਤੇ ਪਹਿਲੀ ਵਾਰ ਆਏ ਹਨ ਕਿਰਪਾ ਜਨਨ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ Bell icon ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦੇਣਾ ਜੀ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਰਿਕਰੂਟਮੈਂਟ ਜਾਂ ਅਪਡੇਟ ਆਉਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਨਾਲ ਹੀ ਸਾਡੇ Telegram ਚੈਨਲ ਨੂੰ ਜ਼ਰੂਰ ਤੋਂ ਜੁਆਇਨ ਕਰ ਲੈਣਾ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦਿੱਤਾ ਗਿਆ ਹੈ ਜੀ ਉੱਥੇ ਜਿਹੜੀ ਵੀ ਨਵੀਂ ਰਿਕਰੂਟਮੈਂਟ ਆਉਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਜੀ ਚਲੋ ਚਲਦੇ ਹਾਂ ਸਿੱਧਾ ਨੋਟੀਫਿਕੇਸ਼ਨ ਵੱਲ ਜੀ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਟਰ ਪੰਜਾਬ ਵਾਲਰ ਰਿਕਰੂਟਮੈਂਟ ਆਊਟ ਕਰ ਦਿੱਤੇ ਗਏ ਹਨ ਜੀ ਇਹਦੇ ਵਿੱਚ ਰਿਕਰੂਟਮੈਂਟ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਜੀ ਠੀਕ ਹੈ ਜੀ ਪਹਿਲੀ ਪੋਸਟ ਹੈ ਜੀ ਕੰਸਲਟੈਂਟ ਦੀ ਟੋਟਲ 6 ਪੋਸਟਾਂ ਆਊਟ ਕੀਤੀਆਂ ਗਏ ਹਨ ਜੀ ਜਿਹਦੇ ਵਿੱਚ 50000 ਪ੍ਰਤੀ ਮਹੀਨਾ ਤਨਖਾਹ ਰਹਿਣ ਵਾਲੀ ਹੈ ਜੀ ਅਗਲੀ ਪੋਸਟ ਹੈ ਜੀ ਆਫਿਸ ਅਸਿਸਟੈਂਟ ਦੀ ਜਿਹਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਇਹਦੇ ਵਿੱਚ 30412 ਰੁਪਏ ਪੇਸਕਲ ਰਹਿਣ ਵਾਲਾ ਹੈ ਜੀ ਤੀਜੀ ਪੋਸਟ ਹੈ ਜੀ ਡਾਟਾ ਐਂਟਰੀ ਆਪਰੇਟਰ ਦੀ ਟੋਟਲ 6 ਪੋਸਟਾਂ ਆਊਟ ਕੀਤੀਆਂ ਗਈਆਂ ਹਨ ਜੀ ਇਹਦੇ ਵਿੱਚ ਪੇਸਕੇਲ 26902 ਰੁਪਏ ਰਹਿਣ ਵਾਲਾ ਹੈ ਜੀ ਚੌਥੀ ਪੋਸਟ ਹੈ ਜੀ ਐਮਟੀਐਸ ਦੀ ਮਲਟੀਟਾਸਕਿੰਗ ਸਟਾਫ ਦੀ ਇਹਦੇ ਵਿੱਚ ਟੋਟਲ 6 ਪੋਸਟਾਂ ਆਊਟ ਕੀਤੀਆਂ ਗਈਆਂ ਹਨ ਜੀ ਪੇਸਕੇਲ ਇਹਦੇ ਵਿੱਚ ਦੇਖ ਸਕਦੇ ਹੋ ਜੀ 19000 ਰੁਪਏ ਪ੍ਰਤੀ ਮਹੀਨਾ ਰਹਿਣ ਵਾਲਾ ਹੈ ਜੀ ਐ ਫਾਰਮ ਨੂੰ ਅਪਲਾਈ ਕਰਨ ਦੀ ਅੰਤਿਮ ਮਿਤੀ ਹੈ ਜੀ ਦੀ ਉਹ 27 ਦਸੰਬਰ ਤੱਕ ਰੱਖੀ ਗਈ ਹੈ ਸ਼ਾਮ ਨੂੰ 4:30 ਵਜੇ ਤੱਕ ਤੁਸੀਂ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਜੀ ਔਨਲਾਈਨ ਤੁਸੀਂ ਫਾਰਮ ਨੂੰ ਅਪਲਾਈ ਕਰਨਾ ਹੋਵੇਗਾ ਜੀ ਵੈਬਸਾਈਟ ਤੁਹਾਨੂੰ ਥੱਲੇ ਪ੍ਰੋਵਾਈਡ ਕੀਤੀ ਹੋਈ ਜੀ www.mgsipa.punjab.gov.in ਤੇ ਜਾ ਕੇ ਤੁਸੀਂ ਫਾਰਮ ਨੂੰ ਔਨਲਾਈਨ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਐਮਪੀਟੀਐਸ ਵਾਸਤੇ ਤੁਹਾਡੇ ਕੋਲ 10ਵੀਂ ਮੰਗੀ ਗਈ ਹੈ ਡਾਟਾ ਐਂਟਰੀ ਆਪਰੇਟਰ ਵਾਸਤੇ ਤੁਹਾਡੇ ਕੋਲ ਕੋਈ ਵੀ ਕੰਪਿਊਟਰ ਦਾ ਜਿਹੜਾ ਡਿਪਲੋਮਾ ਉਹ ਮੰਗਿਆ ਗਿਆ ਹੈ ਜੀ ਤੇ ਉਸ ਤੋਂ ਇਲਾਵਾ ਕਨਸਲਟੈਂਟ ਦੀ ਅਗਰ ਤੁਸੀਂ ਕੋਈ ਵੀ ਡਿਗਰੀ ਕੀਤੀ ਹੈ ਤੇ ਤੁਸੀਂ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਜੀ ਇਹੀ ਜਾਣਕਾਰੀ ਸੀ ਜਿਹੜੀ ਮੈਂ ਟੱਟਣਾ ਸਾਂਝੀ ਕਰਨੀ ਸੀ ਜੀ ਅ ਬਾਕੀ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਉੱਤੇ ਵੀ ਦੇਖਣ ਨੂੰ ਮਿਲ ਜਾਏਗਾ ਜੀ ਅ ਜੋ ਕਿ ਤੁਸੀਂ ਡਿਸਕ੍ਰਿਪਸ਼ਨ ਤੋਂ ਜਾ ਕੇ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੀ ਇਹੀ ਜਾਣਕਾਰੀ ਸੀ ਬਹੁਤ ਹੀ ਵਧੀਆ ਰਿਕਰੂਟਮੈਂਟ ਨਿਕਲ ਕੇ ਆਈ ਹੈ ਜੀ ਸਾਰੇ ਜਣੇ ਜ਼ਰੂਰ ਤੋਂ ਫਾਰਮ ਨੂੰ ਅਪਲਾਈ ਕਰਿਓ ਜੀ ਮਿਲਦੇ ਆ ਨਵੀਂ ਹੋਰ ਰਿਕਰੂਟਮੈਂਟ ਅਪਡੇਟ ਦੇ ਨਾਲ ਤਦ ਤੱਕ ਲਈ ਸਸਕਾਲ ਜੀ